ਮੈਂ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੀ ਹਾਂ ਚਾਂਜਰ ਦੇ ਐਨ ਆਰ ਆਈ ਨਿਊਜ਼ ਬਲੇਟਨ ਦੇ ਵਿੱਚ ਜਿਸ ਦੇ ਵਿੱਚ ਅਸੀਂ ਲੈ ਕੇ ਪੇਸ਼ ਹੁੰਦੇ ਹਾਂ ਕੁਝ ਖਬਰਾਂ ਐਨ ਆਰ ਆਈ ਵਰਡ ਤੋਂ ਵਰਲਡ ਨਿਊਜ਼ ਤੋਂ ਬਾਲੀਵੁੱਡ ਵਰਡ ਤੋਂ ਅਤੇ ਸਪੋਰਟਸ ਵਰਡ ਤੋਂ ਲਓ ਪੇਸ਼ ਕਰਦੇ ਹਾਂ ਅੱਜ ਦੀਆਂ ਇਹ ਮੁੱਖ ਖਬਰਾਂ ਭਾਰਤ ਤੇ ਕੈਨੇਡਾ ਦਰਮਿਆਨ ਵਧੇ ਤਣਾ ਦਰਮਿਆਨ ਬਲਿੰਕਟਨ ਤੇ ਜੈ ਸ਼ੰਕਰ ਨੇ ਕੀਤੀ ਮੁਲਾਕਾਤ ਫਾਈਜ਼ਰ ਦੀ ਨਵੀਂ ਵੈਕਸੀਨ ਨੂੰ ਹੈਲਥ ਕੈਨੇਡਾ ਨੇ ਦਿੱਤੀ ਮਨਜ਼ੂਰੀ ਸਾਮਜੀ ਨੇ ਲਿਬਰਲ ਲੀਡਰਸ਼ਿਪ ਤੋਂ ਦੂਰ ਤੋਂ ਬਾਹਰ ਹੋਣ ਦਾ ਕੀਤਾ ਐਲਾਨ ਭਾਰਤੀ ਅਮਰੀਕੀਆਂ ਨੇ ਕੈਨੇਡਾ ਵਿੱਚ ਹਿੰਦੂਆਂ ਪ੍ਰਤੀ ਵਧ ਰਹੀਆਂ ਨਫ਼ਰਤ ਦੀਆਂ ਘਟਨਾਵਾਂ ਦੀ ਕੀਤੀ ਆਲੋਚਨਾ ਸਵੀਡਨ ਵਿੱਚ ਗੈਂਗ ਹਿੰਸਾ ਦਾ ਦੌਰ ਜਾਰੀ ਪ੍ਰਧਾਨ ਮੰਤਰੀ ਨੇ ਫੌਜ ਤੋਂ ਮੰਗੀ ਮਦਦ ਸ਼੍ਰੀਨਵੀਰ ਕਪੂਰ ਸਟਾਰਰ ਫਿਲਮ ਐਨੀਮਲ ਦੇ ਟੀਜ਼ਰ ਨੂੰ ਮਿਲਿਆ ਪਰਮਾ ਹੰਗਾਰਾ त्रिपति मंदिर पहुंचे गौतम बोले 140 करोड़ भारतीयों ਦੀਆਂ ਦੁਆਵਾਂ ਨਾਲ ਕਿਤਾਬ ਜਿੱਤੇਗੀ ਟੀਮ ਇੰਡੀਆ ਲਾਪੇਸ਼ ਨੇ ਖਬਰਾਂ ਵਿਸਥਾਰ ਦੇ ਨਾਲ ਭਾਰਤ ਤੇ ਕੈਨੇਡਾ ਦਰਮਿਆਨ ਵਧੇ ਤਣਾਅ ਦਰਮਿਆਨ ਬਲਿੰਕਟਨ ਤੇ ਜੈਸ਼ੰਕਰ ਨੇ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਵਿੱਚ ਸਿੱਖ ਕਾਰਕੁਨ ਦੇ ਕਤਲ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਵਿੱਚ ਆਈ ਗੜਬੜ ਹਟ ਦਰਮਿਆਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਸੁ브੍ਰਮਣੀਅਮ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਰੀਜ਼ਨ ਵਿੱਚ ਚੀਨ ਦੇ ਵਧ ਰਹੇ ਦਬਦਬੇ ਨੂੰ ਘਟਾਉਣ ਲਈ ਤੇ ਇੰਡੋ-ਪੈਸੀਫਿਕ ਰਣਨੀਤੀ ਦੇ ਲਈ ਅਹਿਮ ਦੱਖਣੀ ਏਸ਼ੀਆਈ ਮੂਲਕ ਭਾਰਤ ਤੇ ਆਪਣੇ ਨਾਰਥਰਨ ਗੁਆਂਢੀ ਕੈਨੇਡਾ ਦਰਮਿਆਨ ਵਧੇ ਇਸ ਤਣਾ ਨੂੰ ਘਟਾਉਣ ਦੀ ਅਮਰੀਕਾ ਕੋਸ਼ਿਸ਼ ਕਰ ਰਿਹਾ ਹੈ ਇਸ ਕੋਸ਼ਿਸ਼ ਤੇ ਚਲਦਿਆਂ ਹੀ ਬਲਿੰਕਨ ਨੇ ਵੀਰਵਾਰ ਨੂੰ ਸੁబ్రਮਨੀਅਮ ਜੈ ਸ਼ੰਕਰ ਨਾਲ ਅਮਰੀਕਾ ਦੇ ਵਿਦੇਸ਼ ਮੰਤਰਾਲੇ ਵਿੱਚ ਮੁਲਾਕਾਤ ਕੀਤੀ ਦੋਵਾਂ ਮੰਤਰੀਆਂ ਵਿੱਚੋਂ ਕਿਸੇ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਕੈਨੇਡਾ ਤੇ ਭਾਰਤ ਦੇ ਸਬੰਧਾਂ ਵਿੱਚ ਆਈ ਖੜਾਤ ਦਾ ਜ਼ਿਕਰ ਤੱਕ ਨਹੀਂ ਕੀਤਾ ਪਰ ਅਮਰੀਕੀ ਅਧਿਕਾਰੀਆਂ ਨੇ ਆਖਿਆ ਹੈ ਕਿ ਇਹ ਮੁੱਦਾ ਉਠਿਆ ਜ਼ਰੂਰ ਸੀ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਬਲਿੰਕਨ ਵੱਲੋਂ ਭਾਰਤ ਨੂੰ ਕੈਨੇਡੀਅਨ ਜਾਂਚ ਵਿੱਚ ਸਹਿਯੋਗ ਕਰਨ ਦੇ ਲਈ ਹੱਲਾਸ਼ੇਰੀ ਦਿੱਤੀ ਗਈ ਹੈ ਦੋਮਾ ਆਗੂਆਂ ਦੀ ਮੀਟਿੰਗ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਅਸੀਂ ਸਰਕਾਰ ਨਾਲ ਲਗਾਤਾਰ رابطہ ਰੱਖ ਰਹੇ ਹਾਂ ਤੇ ਉਸ ਨੂੰ ਸਹਿਯੋਗ ਲਈ ਅਪੀਲ ਕਰ ਰਹੇ ਹਾਂ ਮੀਟਿੰਗ ਤੋਂ ਬਾਅਦ ਮਿਲਰ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਬਲਿੰਕਨ ਤੇ ਜੈ ਸ਼ੰਕਰ ਨੇ ਕਈ ਮੁੱਦਿਆਂ 'ਤੇ ਗੱਲ ਕੀਤੀ ਇਹਨਾਂ ਵਿੱਚ ਭਾਰਤ ਦੀ ਮੇਜ਼ਬਾਨੀ ਵਿੱਚ ਹੋਈ ਜੀ20 ਵਾਰਤਾ ਦੇ ਨਤੀਜਿਆਂ ਭਾਰਤ ਮਿਡਲ ਈਸਟ ਯੂਰਪ ਇਕਨੋਮਿਕ ਕੋਰੀਡੋਰ ਕਾਇਮ ਕਰਨ ਤੇ ਪਾਰਦਰਸ਼ੀ ਟਿਕਾਊ ਤੇ ਉੱਚ ਮਿਆਰ ਵਾਲਾ ਇਨਫਰਾਸਟਰਕਚਰ ਨਿਵੇਸ਼ ਪੈਦਾ ਕਰਨ ਦੀ ਸਮਰੱਥਾ ਆਦਿ ਸ਼ਾਮਲ ਹਨ ਲੋ ਵੱਧਦੇ ਹਾਂ ਅਗਲੀ ਖਬਰ ਵੱਲ ਫਾਈਜ਼ਰ ਦੀ ਨਵੀਂ ਵੈਕਸੀਨ ਨੂੰ ਹੈਲਥ ਕੈਨੇਡਾ ਨੇ ਦਿੱਤੀ ਮਨਜ਼ੂਰੀ ਹੈਲਥ ਕੈਨੇਡਾ ਵੱਲੋਂ ਉਹ ਮਾਈਕਰੋਨ ਦੇ ਸਬ ਵੈਰੀਐਂਟ ਨੂੰ ਖਤਮ ਕਰਨ ਦੇ ਲਈ ਤਿਆਰ ਕੀਤੀ ਗਈ ਫਾਈਜ਼ਰ ਬਾਇਓ ਐਂਟੈਕ ਦੀ ਕਾਮੇਡ ਨੈਟਿਵ ਵੈਕਸੀਨ ਦੀ ਵਰਤੋਂ ਨੂੰ ਹਰੀ ਚੰਡੀ ਦੇ ਦਿੱਤੀ ਗਈ ਹੈ ਇਹ ਵੈਕਸੀਨ 6 ਮਹੀਨੇ ਦੇ ਬੱਚੇ ਤੋਂ ਲੈ ਕੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਈ ਜਾ ਸਕੇਗੀ ਫੈਡਰਲ ਏਜੰਸੀ ਨੇ ਐਮ ਆਰ ਐਨ ਏ ਦੀ ਵੈਕਸੀਨ ਨੂੰ ਵੀਰਵਾਰ ਨੂੰ ਮਨਜ਼ੂਰੀ ਦਿੱਤੀ ਇਹ ਵੈਕਸੀਨ ਮਾਈਕਰੋਨ ਵੈਰੀਐਂਟ ਦੇ ਐਕਸ ਬੀਬੀ 15 ਸਟ੍ਰੇਨ ਨੂੰ ਨਿਸ਼ਾਨਾ ਬਣਾਉਣ ਦੇ ਲਈ ਤਿਆਰ ਕੀਤੀ ਗਈ ਹੈ ਹੈਲਥ ਕੈਨੇਡਾ ਨੂੰ 29 ਜੂਨ 2023 ਨੂੰ ਫਾਈਜ਼ਰ ਬਾਇਓ ਐਂਡ ਟੈਕ ਵੱਲੋਂ ਇਸ ਵੈਕਸੀਨ ਦੀ ਜਾਂਚ ਲਈ ਸਬਮਿਸ਼ਨ ਕਰਵਾਈ ਗਈ ਸੀ ਪੈਡਲ ਏਜੰਸੀ ਨੇ ਆਪਣੀ ਵੈਬਸਾਈਟ ਉਤੇ ਆਖਿਆ ਹੈ ਕਿ ਇਸ ਵੈਕਸੀਨ ਦਾ ਆਜ਼ਾਦ ਦਾ ਨਾ ਮੁਲਾਂਕਣ ਕਰਵਾਉਣ ਤੋਂ ਬਾਅਦ ਹੈਲਥ ਕੈਨੇਡਾ ਯਕੀਨਨ ਇਹ ਆਖ ਸਕਦਾ ਹੈ ਕਿ ਇਹ ਵੈਕਸੀਨ ਸਾਡੇ ਸਾਰੇ ਸੇਫਟੀ ਤੇ ਕੁਆਲਿਟੀ ਟੈਕਸਸ ਉਤੇ ਖਰੀ ਉਤਰੀ ਹੈ ਸਬ ਵੇਰੀਐਂਟ ਨੂੰ ਖਤਮ ਕਰਨ ਦੇ ਲਈ ਇਹ ਦੂਜੀ ਵੈਕਸੀਨ ਹੈ ਜਿਸ ਨੂੰ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਹੈਲਥ ਕੈਨੇਡਾ ਵੱਲੋਂ ਮੋਡਰਨਾ ਦੀ ਨਵੀਂ ਸਪਾਈਕ ਵੈਕਸ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਨਵਾਂ ਅਤੇ ਹਗਲੀ ਖਬਰ ਵਾਲਾ ਸਾਮਜੀ ਨੇ ਲਿਬਰਲ ਲੀਡਰਸ਼ਿਪ ਦੌੜ ਤੋਂ ਬਾਹਰ ਹੋਣ ਦਾ ਕੀਤਾ ਐਲਾਨ অন্ਟੇਰੀਓ ਲਿਬਰਲ ਲੀਡਰਸ਼ਿਪ ਦਾ ਮੁਕਾਬਲਾ ਹੁਣ ਸਿਰਫ 4 ਉਮੀਦਵਾਰਾਂ ਵਿੱਚ ਹੀ ਰਹਿ ਗਿਆ ਹੈ ਵੀਰਵਾਰ ਰਾਤ ਨੂੰ ਆਦਿਲ ਸਾਮਜੀ ਨੇ ਇਸ ਦੌੜ ਵਿੱਚੋਂ ਪਾਸੇ ਹੋਣ ਦਾ ਐਲਾਨ ਕੀਤਾ ਅਤੇ ਆਖਿਆ ਹੈ ਕਿ ਉਹ ਆਪਣਾ ਸਮਰਥਨ ਬੌਨੀ ਕ੍ਰੌਂਬੇ ਨੂੰ ਦੇਣਗੇ ਸਾਮਜੀ ਜੋ ਕਿ ਡੌਨ ਵੈਲੀ ਈਸਟ ਤੋਂ ਐਮਪੀਪੀ ਹਨ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਹੈ ਕਿ ਉਹ ਜਿੱਤ ਨਹੀਂ ਸਕਣਗੇ ਇਸ ਲਈ ਉਹਨਾਂ ਇਸ ਦੌੜ ਵਿੱਚੋਂ ਪਾਸੇ ਹੋਣ ਦਾ ਤੇ ਮਿਸਿਸ ਆਗਾ ਦੀ ਮੇਅਰ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਉਹਨਾਂ ਆਖਿਆ ਹੈ ਕਿ ਉਹ ਵੱਖਰੇ ਢੰਗ ਦੇ ਨਾਲ ਆਪਣੀ ਕੈਂਪੇਨ ਜਾਰੀ ਰੱਖਣਗੇ ਉਹ ਹੈਲਥ ਕੇਅਰ ਹਾਊਸਿੰਗ ਐਜੂਕੇਸ਼ਨ ਅਤੇ এনवायरमेंट ਦੇ ਲਈ ਲੜਨਾ ਜਾਰੀ ਰੱਖਣਗੇ ਤੇ ਇਹ ਸਾਰਾ ਕੁਝ ਕ੍ਰੌਂਬੀ ਅਤੇ ਉਹਨਾਂ ਦੀ ਟੀਮ ਦੇ ਨਾਲ ਰਲ ਕੇ ਹੋਵੇਗਾ ਸਮਝੀ ਨੇ ਆਖਿਆ ਹੈ ਕਿ ਕ੍ਰੌਂਬੀ ਕੋਲ ਕਾਫੀ ਤਜਰਬਾ ਹੈ ਤੇ অন্ਟਾਰੀਓ ਵਾਸੀਆਂ ਵਿੱਚ ਭਰੋਸਾ ਪੈਦਾ ਕਰਨ ਦੀ ਵੀ ਸਮਰੱਥਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਕ੍ਰੌਂਬੀ ਨੇ ਐਲਾਨ ਕੀਤਾ ਸੀ ਕਿ ਉਹ ਆਪਣੀਆਂ ਮਿਊਨਿਸਪਲ ਡਿਊਟੀਆਂ ਤੋਂ ਬਿਨਾਂ ਤਨਖਾਹ ਛੁੱਟੀ ਲੈ ਰਹੀ ਹੈ ਤੇ ਅਜਿਹਾ ਲਿਬਰਲ ਲੀਡਰ ਦੀ ਦੌੜ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਕੀਤਾ ਜਾ ਰਿਹਾ ਹੈ। ਲੋਵ ਅੱਧੇ ਅਗਲੀ ਖਬਰ ਵੱਲ ਭਾਰਤੀ ਅਮਰੀਕੀਆਂ ਨੇ ਕੈਨੇਡਾ ਵਿੱਚ ਹਿੰਦੂਆਂ ਪ੍ਰਤੀ ਵਧ ਰਹੀਆਂ ਨਫ਼ਰਤ ਦੀਆਂ ਘਟਨਾਵਾਂ ਦੀ ਕੀਤੀ ਆਲੋਚਨਾ। ਭਾਰਤੀ ਅਮਰੀਕੀਆਂ ਦੇ ਇੱਕ ਸਮੂਹ ਨੇ ਕੈਨੇਡਾ ਵਿੱਚ ਹਿੰਦੂਆਂ ਖਿਲਾਫ ਨਫ਼ਰਤ ਭਰੇ ਭਾਸ਼ਣਾ ਅਤੇ ਦੁਸ਼ਮਣੀ ਭਰੇ ਮਾਹੌਲ ਦੀ ਨਿੰਦਾ ਕੀਤੀ ਹੈ ਅਤੇ ਨਾਲ ਹੀ ਕੈਨੇਡਾ ਨੂੰ ਇਹ ਵੀ ਕਿਹਾ ਹੈ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਨੂੰ ਅਤਵਾਦੀ ਆਜ਼ਾਦੀ ਨਾ ਬਣਾਏ ਭਾਰਤੀ ਅਮਰੀਕੀਆਂ ਨੇ ਇਹ ਗੱਲ ਖਾਲਿਸਤਾਨੀ ਸਮਰਥਕ ਇੱਕ ਸਮੂਹ ਵੱਲੋਂ ਹਿੰਦੂਆਂ ਨੂੰ ਧਮਕੀ ਦੇਣ ਵਾਲੀ ਵੀਡੀਓ ਜਨਤਕ ਕੀਤੇ ਜਾਣ ਤੋਂ ਬਾਅਦ ਕਹੀ ਇਸ ਵੀਡੀਓ ਵਿੱਚ ਕੈਨੇਡਾ ਵਿੱਚ ਰਹਿ ਰਹੇ ਹਿੰਦੂਆਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ ਹੈ ਕਿ ਹਿੰਦੂ ਯੂਨੀਵਰਸਿਟੀ ਆਫ ਅਮਰੀਕਾ ਦੇ ਵਿੱਚ ਅੰਡਰਸਟੈਂਡਿੰਗ ਹਿੰਦੂਫੋਬੀਆ ਦੀ ਸੈਨ ਪਾਦਕ ਅਤੇ ਸਹਿ-ਨਿਰਦੇਸ਼ਕ ਹਿੰਦੂ ਵਿਸ਼ਵਨਾਥ ਨੇ ਕਿਹਾ ਹੈ ਕਿ ਇਹ ਚਿੰਤਾਜਨਕ ਹੈ ਕਿ ਖਾਲਿਸਤਾਨੀ ਅਤਵਾਦੀ ਕੈਨੇਡੀਅਨ ਹਿੰਦੂਆਂ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ ਅਜਿਹੇ ਹਿੰਦੂਫੋਬੀਆ ਦੇ ਸਾਹਮਣੇ ਚੁੱਪ ਜਾਂ ਇਸ ਤੋਂ ਵੀ ਵੱਧ ਅਜਿਹਾ ਸਪਸ਼ਟੀਕਰਨ ਦੇਣਾ ਕਿ ਇਹ ਰਾਜਨੀਤਿਕ ਪ੍ਰਗਟਾਵੇ ਦਾ ਇੱਕ ਸਵੀਕਾਰਯੋਗ ਰੂਪ ਹੈ ਇਸ ਤਰ੍ਹਾਂ ਨਾਲ ਨਫ਼ਰਤ ਅਪਰਾਧਾਂ ਦਾ ਸਮਰਥਨ ਕਰਨ ਦੇ ਬਰਾਬਰ ਹੈ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਨਾਲ ਜੁੜੇ ਖੰਡੇਰਾਵ ਕਾਂਢ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪ੍ਰਗਟਾਵੇ ਦੀ ਆਜ਼ਾਦੀ ਨੂੰ ਅਤਵਾਦੀ ਆਜ਼ਾਦੀ ਨਹੀਂ ਬਣਾਉਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਕਟੜਪੰਥ ਨੂੰ ਰੋਕਣਾ ਚਾਹੀਦਾ ਹੈ ਨਸ਼ੀਲੇ ਪਦਾਰਥਾਂ ਦੇ ਗਰੋਹਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਅਤੇ ਅੰਤਰਰਾਸ਼ਟਰੀ ਸਥਿਤੀਆਂ ਨੂੰ ਕੂਟਨੀਤਿਕ ਢੰਗ ਦੇ ਨਾਲ ਸੰਭਾਲਣਾ ਚਾਹੀਦਾ ਹੈ। ਲੋਵੱਦ ਦੇ ਅਗਲੀ ਖਬਰ ਵੱਲ ਰਾਸ਼ਟਰਪਤੀ ਚੋਣਾਂ ਰਾਮਾ ਸੁਆਮੀ ਨੇ ਬਹਿਸ ਦੌਰਾਨ ਕਹੀ ਵੱਡੀ ਗੱਲ ਪ੍ਰਵਾਸੀ ਹੋਣ ਕੇ ਪ੍ਰਭਾਵਿਤ ਭਾਰਤੀ ਅਮਰੀਕੀ ਉਮੀਦਵਾਰ ਵਿਵੇਕ ਰਾਮਾ ਸੁਆਮੀ ਨੇ ਦੂਜੀ ਰਿਪਬਲਿਕਨ ਰਾਸ਼ਟਰਪਤੀ ਬਹਿਸ ਦੌਰਾਨ ਕਿਹਾ ਹੈ ਕਿ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਬੱਚਿਆਂ ਤੇ ਜਨਮ ਅਧਿਕਾਰ ਨਾਗਰਿਕਤਾ ਖੋਣ ਦੇ ਹੱਕ ਵਿੱਚ ਹਨ ਬੁੱਧਵਾਰ ਰਾਤ ਕੈਲੀਫੋਰਨੀਆ ਵਿੱਚ ਰੋਨਾਲਡ ਰੀਗਨ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਵਿੱਚ ਸੱਤ ਰਿਪਬਲਿਕਨ ਉਮੀਦਵਾਰਾਂ ਨੇ ਬਹਿਸ ਕੀਤੀ ਜਿੱਥੇ ਰਾਮਾ ਸੁਆਮੀ ਨੂੰ ਪੁੱਛਿਆ ਗਿਆ ਸੀ ਕਿ ਉਹ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀਆਂ ਤੇ ਉਹਨਾਂ ਦੇ ਅਮਰੀਕਾ ਵਿੱਚ ਜਨਮੇ ਬੱਚਿਆਂ ਨੂੰ ਦੇਸ਼ ਵਿੱਚੋਂ ਕੱਢਣ ਦੇ ਲਈ ਕਿਸ ਕਾਨੂੰਨ ਆਧਾਰ ਦੀ ਵਰਤੋਂ ਕਰਨਗੇ ਬਾਇਓਟੈਕ ਉਦਯੋਗਪਤੀ ਰਾਮਾ ਸੁਆਮੀ ਨੇ ਯੂਨੀਵਰਸਿਟੀ 호ਸਟ ਇਲੀਆ ਕੈਂਡਰੋਨ ਨੂੰ ਦੱਸਿਆ ਹੈ ਕਿ ਉਹ اسی ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਬੱਚਿਆਂ ਦੇ ਲਈ ਜਨਮ ਅਧਿਕਾਰ ਨਾਗਰਿਕਤਾ ਖਤਮ ਕਰਨ ਦੇ ਹੱਕ ਵਿੱਚ ਹੈ ਭਾਰਤ ਤੋਂ ਪ੍ਰਵਾਸੀ ਮਾਪਿਆਂ ਦੇ ਘਰ ਜਨਮੇ 38 ਸਾਲਾ ਰਾਮਾ ਸੁਆਮੀ ਨੇ ਕਿਹਾ ਹੈ ਕਿ ਦੇਸ਼ ਵਿੱਚ ਪੈਦਾ ਹੋਏ ਗੈਰ ਦਸਤਾਵੇਜ਼ ਪ੍ਰਵਾਸੀਆਂ ਦੇ ਬੱਚੇ ਅਮਰੀਕੀ ਨਾਗਰਿਕਤਾ ਦੇ ਹੱਕਦਾਰ ਨਹੀਂ ਹਨ ਕਿਉਂਕਿ ਉਹਨਾਂ ਦੇ ਮਾਪਿਆਂ ਨੇ ਦੇਸ਼ ਵਿੱਚ ਰਹਿਣ ਦੇ ਕਾਨੂੰਨ ਤੋੜਿਆ ਹੈ ਇਹ ਦਾਵਾ ਕਰਦੇ ਹੋਏ ਕਿ ਉਸਨੇ ਸੰਵਿਧਾਨ ਦੇ 14ਵੇਂ ਸੰਸ਼ੋਧਨ ਨੂੰ ਪੜ੍ਹਿਆ ਹੈ ਰਾਮਾ ਸੁਆਮੀ ਨੇ ਕਿਹਾ ਹੈ ਕਿ ਸੰਯੁਕਤ ਰਾਜ ਵਿੱਚ ਪੈਦਾ ਹੋਏ ਜਾਂ ਕੁਦਰਤੀ ਤੌਰ ਤੇ ਜਨਮੇ ਅਤੇ ਇਥੋਂ ਦੇ ਕਾਨੂੰਨਾਂ ਅਤੇ ਅਧਿਕਾਰ ਖੇਤਰ ਦੇ ਅਧੀਨ ਆਉਂਦੇ ਸਾਰੇ ਵਿਅਕਤੀ ਨਾਗਰਿਕ ਹਨ ਲੋਕਾਂ ਵੱਧੇ ਅਗਲੀ ਖਬਰ ਵੱਲ ਅਮਰੀਕਾ ਲਈ ਚੁਣੌਤੀ ਤਾਨਾ ਸ਼ਾ ਕਿਮ ਨੇ ਪਰਮਾਣੂ ਹਥਿਆਰਾਂ ਦਾ ਉਤਪਾਦਨ ਵਧਾਉਂਦਾ ਦਿੱਤਾ ਸੱਦਾ ਉਤਰੀ ਕੋਰੀਆ ਦੇ ਨੇਤਾ ਕਿਮ ਜੰਗ ਊਨ ਨੇ ਪਰਮਾਣੂ ਹਥਿਆਰਾਂ ਦੇ ਉਤਪਾਦਨ ਵਿੱਚ ਤੇਜ਼ੀ ਦੇ ਨਾਲ ਵਾਅਦਾ ਕਰਨ ਅਤੇ ਉਹਨਾਂ ਦੇ ਦੇਸ਼ ਨੂੰ ਨਵੇਂ ਸੀਤ ਯੁੱਧ ਵਿੱਚ ਅਮਰੀਕਾ ਦਾ ਸਾਹਮਣਾ ਕਰ ਰਹੇ ਦੇਸ਼ਾਂ ਦੇ ਗੱਠ ਜੋੜ ਵਿੱਚ ਵੱਡੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਦੱਸਿਆ ਹੈ ਕਿ ਕਿਮ ਨੇ ਦੇਸ਼ ਦੀ ਸੰਸਦ ਦੇ ਦੋ ਨਾ ਸੈਸ਼ਨ ਦੌਰਾਨ ਇਹ ਟਿੱਪਣੀਆਂ ਕੀਤੀਆਂ ਸੰਸਦ ਦੇ ਸੈਸ਼ਨ ਦੌਰਾਨ ਦੇਸ਼ ਦੇ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਵਧਾਉਣ ਦੀ ਕਿਮ ਦੀ ਨੀਤੀ ਨੂੰ ਸ਼ਾਮਲ ਕਰਨ ਦੇ ਲਈ ਸੰਵਿਧਾਨ ਵਿੱਚ ਸੋਧ ਕੀਤੀ ਗਈ ਸੀ ਸੰਸਦ ਦਾ ਸੈਸ਼ਨ ਅਜਿਹੇ ਸਮੇਂ ਹੋਇਆ ਜਦੋਂ ਕਿਮ ਨੇ ਇਸ ਮਹੀਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਅਤੇ ਫੌਜੀ ਅਤੇ ਤਕਨੀਕੀ ਸਾਈਟਾਂ ਦਾ ਦੌਰਾ ਕਰਨ ਦੇ ਲਈ ਰੂਸ ਦੇ ਦੂਰਪੂਰਬੀ ਖੇਤਰ ਦੀ ਯਾਤਰਾ ਕੀਤੀ ਸੀ ਕਿਮ ਦੀਆਂ ਟਿੱਪਣੀਆਂ ਦੀ ਕੌਮੀ ਐਨ ਏ ਦੀ ਖਬਰ ਉਤਰੀ ਕੋਰੀਆ ਦੁਆਰਾ ਸਟ੍ਰੈਵਿਸ ਕਿੰਗ ਨੂੰ ਰਿਹਾ ਕਰਨ ਤੋਂ ਇੱਕ ਦੇਨ ਬਾਅਦ ਆਈ ਹੈ ਇੱਕ ਭਾਰੀ ਹਥਿਆਰਾਂ ਦੇ ਨਾਲ ਲੈਸ ਅਮਰੀਕੀ ਸੈਨਿਕ ਜੋ ਜੁਲਾਈ ਵਿੱਚ ਅੰਤਰ ਕੋਰੀਆਈ ਸਰਹੱਦ ਪਾਰ ਕਰਕੇ ਦੇਸ਼ ਵਿੱਚ ਦਾਖਲ ਹੋਇਆ ਸੀ ਕਿੰਗ ਦੀ ਰਿਹਾਈ ਇਸ اٹਕਲਾਂ ਦਾ ਖੰਡਨ ਕਰਦੀ ਹੈ ਕਿ ਉੱਤਰੀ ਕੋਰੀਆ ਸੰਯੁਕਤ ਰਾਜ ਤੋਂ ਰਿਆਇਤਾਂ ਪ੍ਰਾਪਤ ਕਰਨ ਦੇ ਲਈ ਉਸ ਦੀ ਰਿਹਾਈ ਦੇ ਲਈ ਸੰਦੇਹਵਾਜੀ ਕਰ ਸਕਦਾ ਹੈ ਅਤੇ ਸੰਭਾਵਿਤ ਤੌਰ ਤੇ ਸੰਯੁਕਤ ਰਾਜ ਦੇ ਨਾਲ ਕੂਟਨੀਤਿਕ ਵਿੱਚ ਉੱਤਰੀ ਕੋਰੀਆ ਦੀ ਬੇਰੁਖੀ ਨੂੰ ਦਰਸਾਉਂਦਾ ਹੈ ਲੋ ਵੱਧਦੇ ਹਨ ਅਗਲੀ ਖਬਰ ਵੱਲ ਜੈ ਸ਼ੰਕਰ ਦਾ ਟਰੂਡੋ ਨੂੰ ਕਰਾਰਾ ਜਵਾਬ ਕਿਹਾ ਕੈਨੇਡਾ ਠੋਸ ਸਬੂਤ ਦੇਵੇ ਤਾਂ ਕਰਾਂਗੇ ਵਿਚਾਰ ਬੀਤੇ ਦਿਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਇੱਕ ਬਿਆਨ ਦੇ ਕੇ ਕੈਨੇਡਾ 'ਤੇ ਪਲਟਵਾਰ ਕੀਤਾ ਹੈ ਜੈ ਸ਼ੰਕਰ ਨੇ ਨਿਊਯਾਰਕ ਵਿੱਚ ਕਾਉਂਸਲ ਔਨ ਫੋਰਨ ਰਿਲੇਸ਼ਨ ਵਿੱਚ ਚਰਚਾ ਦੌਰਾਨ ਖਾਲਿਸਤਾਨੀ ਵਕਵਾਦੀ ਨਿਜਰ ਦੀ ਹੱਤਿਆ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ੀ ਤੇ ਕਿਹਾ ਹੈ ਕਿ ਨਵੀਂ ਦਿੱਲੀ ਆਟਵਾ ਨੂੰ ਦੱਸ ਚੁੱਕਾ ਹੈ ਕਿ ਇਹ ਭਾਰਤ ਸਰਕਾਰ ਦੀ ਰਣਨੀਤੀ ਨਹੀਂ ਹੈ ਤੇ ਉਹ ਇਸ ਮਾਮਲੇ ਵਿੱਚ ਪ੍ਰਮੁੱਖ ਅਤੇ ਪਰ ਸੰਸਿਕ ਸੋਚਨਾ ਤੇ ਵਿਚਾਰ ਕਰਨ ਇਸ ਲਈ ਤਿਆਰ ਹੈ ਜੈ ਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਨੂੰ ਸੰਬੋਧਨ ਕਰਨ ਤੋਂ ਬਾਅਦ ਮੰਗਲਵਾਰ ਨੂੰ ਨਿਊਯਾਰਕ ਵਿੱਚ ਕਾਉਂਸਲ ਆਫ ਫੋਰਨ ਰਿਲੇਸ਼ਨ ਵਿੱਚ ਇਹ ਟਿੱਪਣੀਆਂ ਕੀਤੀਆਂ ਐਸ ਜੈ ਸ਼ੰਕਰ ਨੇ ਕੈਨੇਡੀਅਨ ਪੱਖ ਨੂੰ ਖਾਲਿਸਤਾਨੀ ਆਗੂ ਨਿਜ਼ਰ ਦੀ ਹੱਤਿਆ ਬਾਰੇ ਵਿਸ਼ੇਸ਼ ਜਾਣਕਾਰੀ ਦੇਣ ਦਾ ਭਰੋਸਾ ਦਿੱਤਾ ਉਹਨਾਂ ਇਹ ਵੀ ਕਿਹਾ ਹੈ ਕਿ ਭਾਰਤ ਇਸ ਮਾਮਲੇ ਵਿੱਚ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਇਹ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ ਜੈ ਸ਼ੰਕਰ ਨੇ ਨਿਜ਼ਰ ਹੱਤਿਆ ਦੇ ਦੋਸ਼ਾਂ ਦੇ ਸਬੂਤ ਮੰਗਦਿਆਂ ਕਿਹਾ ਹੈ ਕਿ ਜੋ ਤੁਹਾਡੇ ਕੋਲ ਕੋਈ ਸਬੂਤ ਜਾਂ ਸੰਬੰਧਿਤ ਜਾਣਕਾਰੀ ਹੈ ਤਾਂ ਸਾਨੂੰ ਇਸ ਬਾਰੇ ਦੱਸੋ ਲੋ ਵਾਦਦੇ ਹਾਂ ਅਗਲੀ ਖਬਰ ਵੱਲ ਰਿਸ਼ੀ ਸੋਨਕ ਸਖਤ ਯੂਕੇ ਚ ਭਾਰਤ ਵਿਰੋਧੀ ਹਿੰਸਾ ਵਿੱਚ 22 ਪਾਕਿਸਤਾਨੀ ਦੋਸ਼ੀ ਕਰਾਰ ਬ੍ਰਿਟੇਨ ਦੀ ਰਿਸ਼ੀ ਸੋਨਿਕ ਸਰਕਾਰ ਨੇ ਭਾਰਤ ਵਿਰੋਧੀ ਗਤੀਵਿਧੀਆਂ ਤੇ ਸਖੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਲੈਸਟਰ ਵਿੱਚ ਪਿਛਲੇ ਸਾਲ ਹੋਈ ਭਾਰਤ ਵਿਰੋਧੀ ਹਿੰਸਾ ਵਿੱਚ ਸ਼ਾਮਲ 22 ਪਾਕਿਸਤਾਨੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਪੰਜਾਬ ਅਧਿਕਾਰੀਆਂ ਦੀ ਵਿਸ਼ੇਸ਼ ਟਾਸਕ ਫੋਰਸ ਨੇ ਸੀਸੀਟੀਵੀ ਬੋਡੀ ਕੈਮ ਅਤੇ ਫੋਨ ਫੋਟੋ ਵੀਡੀਓ ਸੋਸ਼ਲ ਮੀਡੀਆ ਅਤੇ AI ਰਾਹੀਂ ਪੁਲਿਸ ਨੇ ਗ੍ਰਾਣੀ ਦੇ 6000 ਫੁਟੇਜ ਦਾ ਵਿਸ਼ਲੇਸ਼ਣ ਕੀਤਾ ਸੀ ਮੁਲਜ਼ਮਾ ਖਿਲਾਫ ਕਤਲ ਦੀ ਕੋਸ਼ਿਸ਼ ਧਾਰਮਿਕ ਕਟੜਤਾ ਫਲਾਨ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੀਆਂ ਧਰਾਵਾਂ ਤਹਿਤ ਚਾਰਜ ਸ਼ੀਟ ਦائر ਕੀਤੀ ਗਈ ਸੀ ਦੋ ਸ਼ੀਟ ਹੈ ਰਾਇਗੇ 10 ਹੋਰ ਦੋ ਦੋਸ਼ੀ ਸੀਰੀਆ ਮੋਰੋਕੋ ਅਤੇ ਅਲਜੀਰੀਆ ਦੇ ਪ੍ਰਵਾਸੀ ਹਨ ਲਾਸਟਰ ਵਿੱਚ ਹਿੰਸਾ ਦੀ ਦੁਹਰਾਇ ਨੂੰ ਰੋਕਣ ਦੇ ਲਈ ਬ੍ਰਿਟੇਨ ਦੀ ਗ੍ਰਹਿ ਮੰਤਰੀ ਸੋਇਲਾ ਬਾਵਰਮੈਨ ਨੇ ਘਰ ਘਰ ਸਰਵੇਖਣ ਕਰਨ ਦੇ ਹੁਕਮ ਦਿੱਤੇ ਹਨ ਲਾਸਟਰ ਵਿੱਚ ਭਾਰਤੀਆਂ ਦੀ ਬਹੁ ਗਿਣਤੀ ਹੈ ਇੱਥੇ 95000 ਭਾਰਤੀ ਹਨ ਜਦਕਿ 20000 ਦੇ ਕਰੀਬ ਪਾਕਿਸਤਾਨੀ ਹਨ ਬਾਵਰਮੈਨ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਕਾਰਨ ਇੱਥੇ ਹਿੰਸਾ ਵਧਕ ਗਈ ਸੀ ਇਸ ਲਈ ਸਾਰੇ ਪ੍ਰਵਾਸੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ